ਮੇਰਾ ਨਾਮ ਮੁਸ਼ਤਾਕ ਅਹਿਮਦ ਹੈ, ਮਿਰਜ਼ਾਪੁਰ ਦੇ ਰਹਿਣ ਵਾਲਾ। ਇਹ ਮੇਰੀ ਕਹਾਣੀ। ਸਕੂਲੇ ਪੜ੍ਹਦਾ ਤਾਂ ਛੋਟਾ ਜਿਹਾ ਹੁੰਦਾ ਸਾਂ, ਗਰੀਬੀ ਬਹੁਤ ਸੀ, ਚੰਦਾ ਵੀ ਨਹੀਂ ਸੀ ਲੱਭਦਾ ਹੁੰਦਾ ਸਕੂਲੇ ਦੇਣ ਵਾਸਤੇ। 2 ਕਿੱਲੇ ਪਹਿਲੀ ਡੇਢ ਹੁੰਦੀ ਸੀ, ਉਹ ਜਨਾਬ ਵਾਹੀ ਦੀ ਸੀ, ਉਹ ਖਾਤਾ ਨਹੀਂ ਸੀ ਪੂਰਾ ਹੁੰਦਾ। ਸਕੂਲ ਛੱਡ ਕੇ ਫਿਰ ਜੀ ਵਾਹੀ ਲੱਗ ਪਿਆ ਕਰਨ, ਦਿਹਾੜੀ ਦੂੜੀ ਵੀ ਕਰਨੀ, ਮਿਹਨਤ ਮਜ਼ਦੂਰੀ ਕਰਨੀ, ਫਿਰ ਜੀ ਉਹ ਮਸਾਇਲ ਘਰ ਦੇ ਪੂਰੇ ਨਹੀਂ ਸਨ। ਇੱਥੇ ਜੀ ਆ ਨੇੜੇ ਪਹਿਲੀ ਲੈ ਲਈ, ਉਹ ਜਨਾਬ ਅਸੀਂ ਗੱਡੀਏ ਅਤੇ ਬਹਿ ਜਾਵੇ। ਸੁਬਾਹ ਤੋਂ ਲੱਗ ਕੇ ਸ਼ਾਮ ਤਾਈਂ ਖੇਤਾਂ 'ਚ ਕੰਮ ਕਰੀਦਾ ਸੀ। ਸ਼ਾਮ ਤੀਕਣ ਕੰਮ ਕਰਦਿਆਂ ਰਹਿਣਾ, ਸ਼ਾਮ ਨੂੰ ਜਨਾਬ ਘਰ ਜਾਣ ਨੂੰ ਦਿਲ ਨਾ ਕਰਨਾ। ਘਰ ਜਾਈਦਾ ਅਤੇ ਬੱਚੇ ਮੂੰਹ ਲੁਵੇਂਦੇ ਨੇ, ਕੋਲ ਸ਼ੈ ਕੋਲ ਨਹੀਂ ਸੀ। ਉਹ ਫਿਰ ਉੱਤੋਂ ਜੀ ਆਪਣਾ ਐਂਗਰੋ ਵਾਲੇ ਆ ਗਏ, ਇਹਨਾਂ ਸਾਨੂੰ ਦੱਸਿਆ ਵੀ ਕਣਕ ਹੀ ਸਰੈਂਡਰ ਗੱਡੋ, ਸਾਨੂੰ ਰੱਬ ਨੇ ਮੇਲ ਕਰਾਉਣਾ ਸੀ। ਉਹ ਜੀ ਫਿਰ ਅਸੀਂ ਨਾ ਇਹਨਾਂ ਡਰਿੱਲ ਆਖਿਆ ਵੀ ਲਿਆਉਂਦੇ ਹਾਂ, ਡਰਿੱਲ ਲਿਆਂਦੀ ਉਹਦੇ ਨਾਲ ਕਣਕ ਕੇਰੀ। ਉਹ ਅੱਲਾਹ ਤਾਲਾ ਨੇ ਐਸੀ ਸੁਣੀ, ਉਹ ਜੀ ਲੀਕੂ ਦੇ ਵਿੱਚ ਥੱਲੇ ਹੀ ਬੀਜ ਆਉਂਦਾ ਗਿਆ, ਥੱਲੇ ਹੀ ਦਾਣੇ ਬੀਜ ਆਉਂਦਾ ਰਿਹਾ, ਥੱਲੇ ਹੀ ਖਾਦ ਪੈਂਦੀ ਗਈ। ਉਹ ਮਾਸ਼ਾਅੱਲਾ ਜੀ ਅੱਲਾਹ ਤਾਲਾ ਨੇ ਰੋਜ਼ੀ ਬੜੀ ਕੀਤੀ। ਜਿਹੜੇ ਜੀ ਅੱਗੇ ਸਾਡੀ ਔਸਤ ਹੁੰਦੀ ਸੀ 20 ਤੋਂ 25 ਮਣ, ਅਤੇ ਬੜੀ ਹੋਣੀ ਤਾਂ 28 ਮਣ ਹੋ ਜਾਣੀ। ਫਿਰ ਉਸ ਤੋਂ ਬਾਅਦ ਜਨਾਬ ਇਹ ਕੰਮ ਬਣਿਆ ਵੀ ਉਹ ਜਿਹੜੀ ਇਹਨਾਂ ਕਣਕ 40 ਤੋਂ 45 ਮਣ ਤੀਕਣ ਗਿਆ ਕਿੱਲਾ, ਉਹ ਸਾਡੀ ਜੀ 10-15 ਹਜ਼ਾਰ ਰੁਪਈਆ ਕਿੱਲੇ ਮਗਰ 15 ਕੁ ਹਜ਼ਾਰ ਰੁਪਈਆ ਬੱਚਤ ਆਈ ਸਾਨੂੰ। ਉਹ ਵੀ ਬੱਚਤ ਹੋ ਗਈ, ਖਾਦ ਦੀ ਵੀ ਬੱਚਤ ਹੋ ਗਈ, ਵਾਹ ਦੀ ਵੀ ਬੱਚਤ ਹੋ ਗਈ ਜੀ, ਸਾਨੂੰ ਉਹਦੇ ਨਾਲ ਥੋੜ੍ਹੀ ਜਿਹੀ ਖੁਸ਼ਹਾਲੀ ਆ। ਇੰਨੀ ਕੁ ਖੁਸ਼ਹਾਲੀ, ਸਾਰਾ ਦਿਨ ਕੰਮ ਕਰਕੇ ਜਾਈਦਾ ਨਾ, ਅਤੇ ਕੁਛ ਨਾ ਕੁਛ ਬੱਚਿਆਂ ਲਈ ਕੁਛ ਹੈ ਲੈ ਜੀ। ਪਹਿਲਾਂ ਵਾਹੀ ਕਰਦੇ ਸਾਂ ਅਤੇ ਕੁਛ ਨਹੀਂ ਸੀ ਬਚਦਾ, ਬੱਚਾ ਮੇਰਾ ਪਰਾਂ ਪਰਾਂ ਜਾਂਦਾ ਸੀ, ਅਤੇ ਮੈਂ ਸੋਚਿਆ ਜੀ ਇਹ ਭੈੜੀਆਂ ਮਹਿਫਲਾਂ 'ਚ ਨਾ ਜਾਏ। ਅਤੇ ਜਿਸ ਵੇਲੇ ਜੀ ਅੱਲਾਹ ਨੇ ਫਸਲ ਕੀਤਾ, ਬੱਚਾ ਵੀ ਪਿਛਾ ਆਉਣ ਲੱਗ ਪਿਆ। ਮੈਂ ਵਾਹੀ ਕੀਤੀ ਹੈ, ਖੁਸ਼ਹਾਲੀ ਆਈ ਹੈ, ਮੈਂ ਉਹ ਵਕਤ ਵੇਖਿਆ ਜੀ ਅੱਲਾਹ ਕਰੇ ਉਹ ਕਿਸੇ 'ਤੇ ਵੀ ਨਾ। ਸਭ ਤੋਂ ਵੱਡੀ ਗੱਲ ਇਹ ਵੀ ਮੇਰਾ ਪੁੱਤਰ ਮੇਰੇ ਕੋਲ ਆ, ਮੇਰੀਆਂ ਬਾਹਾਂ ਬਣ ਗਿਆ। ਅਸੀਂ ਹੁਣ ਦੋਵੇਂ ਪਿਓ ਪੁੱਤਰ ਰਲ ਕੇ ਵਾਹੀ ਕਰਦੇ ਹਾਂ।